आज 6 नवंबर 2024 दिन बुधवार नु साबका कौंसलर रणजीत मसीह ने मुअल्ला उच्ची काटी विखे स्थित अपने घर विखे सदी एक प्रेस कॉन्फ्रेंस दौरान विजय मसीह पुत्र जोजी मसीह वासी मुअल्ला उच्ची काटी उपर अपने छोटे पुत्र सैमुअल मसीह नाल कोरट कंपलैक्स विखे मारकुट करन दे दोष लगाए हन, जिस दी लिखती शिकायत भी मानयोग जज साहिब दे रीडर अते पुलिस स्टेशन फिलौर नु देन दी गल आखी है। इस समय उन्हां नाल साबका कौंसलर नीतू डावर, सुरिंदर डाबर, बंटी मसीह, सलीम मसीह, अलाजर मसीह अते होर मुअल्ला निवासी हाजर सन। दूसरे पासे विजय मसीह अते उसकी माता पाशो ने अपने उपर लगाए दोषां नु नकारदियां कहा कि उन्हां ने भी रणजीत मसीह दे परिवार ते एक लिखती शिकायत थाना फिलौर नु दिती है। रणजीत मसीह ने दोष लगाउंदे होए कहा कि विजय मसीह बिना किसी गल तो लगातार उसके परिवार नु टारगेट करके हमेशा लड़ाई झगड़ा करता रहिंदा है। उन्हां कहा कि विजय नशीले पदार्थां दी सप्लाई करता है। उत्थर विजय दी माता पाशो दा कहना है कि रणजीत मसीह अते उसके कुछ होर साथी उसके पुत्र नु बदनाम कर रहे हन अते उस उपर झूठे इल्जाम लगा रहे हन, जबकि उसका लड़का सतलुज दरिया ते गोताखोरी दा काम करके अपने परिवार दा पालन पोषण कर रहा है। विजय मसीह ने कहा कि रणजीत मसीह उस नाल रंजिश रख के आए दिन झूठियां दरखासा दिंदा है अते झूठे मुकदमियां विच फसाउण दीयां योजनावां बनाउंदा रहिंदा है। जदों इस बारे थाना फिलौर दे SHO सरदार सुखदेव सिंह नाल गल कीती तां उन्हां कहा कि झगड़ा करन वालियां दोनां धिरां दीयां दरखासा साडे कोल आ गईयां हन, जांच करके जो कारवाई बनदी होवेगी कर दित्ती जाएगी। फिलौर तों प्रभपाल दी खास रिपोर्ट। ਹਾਂਜੀ, ਮੇਰੇ ਜਿਹੜਾ ਬੇਟਾ ਤਰੀਕ 'ਤੇ ਗਿਆ ਸੀ ਜੀ, ਵਿਜੇ ਮਸੀਹ ਨੇ ਉੱਥੇ ਹਮਲਾ ਕਰ ਦਿੱਤਾ ਕੋਰਟ ਦੇ ਅੰਦਰ ਹੀ। ਉੱਥੋਂ ਮੈਨੂੰ ਫਟਾਫਟ ਮੇਰੇ ਬੇਟੇ ਦਾ ਫੋਨ ਆਇਆ ਤਾਂ ਅਸੀਂ ਉਸੇ ਵੇਲੇ ਮੋਟਰਸਾਈਕਲ ਵਗੈਰਾ ਚੱਕਿਆ ਨੱਠ ਕੇ ਉੱਥੇ ਗਏ ਤਾਂ ਵਿਜੇ ਮਸੀਹ ਉੱਥੇ ਦੇਖਿਆ ਤਾਂ ਮੈਂ ਨਾਲ ਹੀ SHO ਸਾਹਿਬ ਨੂੰ ਫੋਨ ਕੀਤਾ, ਉਹਨਾਂ ਨੇ ਪੁਲਿਸ ਵਾਲਿਆਂ ਨੂੰ ਫੋਨ ਕੀਤਾ, ਗੱਡੀ ਭੇਜਤੀ ਉੱਥੇ। ਵਿਜੇ ਨੇ ਉੱਥੋਂ ਪੁਲਿਸ ਦੇਖੀ ਨਾਲ ਹੀ ਨੱਠ ਗਿਆ। ਅਸੀਂ ਆਏ ਫਿਰ SHO ਸਾਹਿਬ ਨੂੰ ਮਿਲੇ, ਉਹਨਾਂ ਨੇ ਸਾਨੂੰ ਭਰੋਸਾ ਦਿੱਤਾ ਵੀ ਕੋਈ ਗੱਲ ਨਹੀਂ, ਘਬਰਾਉਣਾ ਸੀ ਕੋਈ ਨਾ ਕੋਈ ਇਹਨਾਂ ਦਾ ਖਿੱਚਦੇ ਹਾਂ। ਫਿਰ ਅਸੀਂ ਜਾ ਕੇ ਡਿਪਟੀ ਸਾਹਿਬ ਨੂੰ ਮਿਲੇ, ਡਿਪਟੀ ਸਾਹਿਬ ਨੂੰ ਵੀ ਅਸੀਂ ਦੱਸਿਆ ਸਰ ਵੀ ਇੱਦਾਂ ਕਰਕੇ ਕੋਰਟਾਂ ਦੇ ਵਿੱਚ ਹੀ ਜਾ ਕੇ ਧੱਕਾ ਹੋਣ ਲੱਗ ਪਿਆ, ਫਿਰ ਤਾਂ ਬੱਚੇ ਤਰੀਕਾਂ 'ਤੇ ਜਾਣਗੇ ਨਹੀਂ। ਇਸ ਕਰਕੇ ਫਿਰ ਅਸੀਂ ਫਟਾਫਟ ਗਏ, ਜਾ ਕੇ ਐਪਲੀਕੇਸ਼ਨ ਦਿੱਤੀ ਆ। ਫਿਰ ਬੁੜੀਆਂ ਉਹਨਾਂ ਦੀਆਂ ਆ ਗਈਆਂ, ਉਹ ਆ ਕੇ ਗਾਲੀ ਗਲੋਚ ਇੰਨਾ ਗੰਦਾ ਕਰ ਰਹੀਆਂ, ਛਾਡੇ ਘਲਾ ਦਿਓ। ਪੁਰਾਣੀ ਰੰਜਿਸ਼ ਨਹੀਂ ਹੋਣੀ ਜੀ, ਅਸੀਂ ਇਹ 57 ਦੇ ਪਰਚੇ 'ਚੋਂ ਹੁਣੀ ਜ਼ਮਾਨਤ ਕਰਾ ਕੇ ਆਇਆ ਵਾ। ਮੇਰੀ ਬੇਟੀ ਨੂੰ ਗਾਲਾਂ ਕੱਢੀਆਂ ਸੀ ਉਦੋਂ, ਅਤੇ ਉਦੋਂ ਵੀ ਪੁਲਿਸ ਵਾਲਿਆਂ ਨੇ ਆ ਕੇ ਮੌਕਾ ਦੇਖਿਆ ਵਾ, ਕੈਮਰੇ ਦੋ ਹੀ ਜਗ੍ਹਾ ਨੇ ਚੈੱਕ ਕੀਤੇ, ਸਾਡੇ ਵੀ ਕੀਤੇ, ਉਹਨਾਂ ਦੇ ਵੀ ਕੀਤੇ। ਉਹਨਾਂ ਦੇ ਕੈਮਰਿਆਂ ਵਿੱਚੋਂ ਗਾਲਾਂ ਕੱਢਦਾ ਆਇਆ ਵਾ, ਅਤੇ ਪੁਲਿਸ ਨੇ ਉੱਥੇ 57 ਕਰ ਦਿੱਤੀ ਸੀ। ਸਾਡੀ ਰੰਜਿਸ਼ ਕੋਈ ਨਹੀਂ ਜੀ, ਉਹ ਆਪਣੇ ਦਿਲ 'ਚ ਰੱਖਦਾ, ਉਹ 2 ਦਾ ਕੰਮ ਕਰਦਾ, ਪੈਸਾ ਉਹਨੇ ਡਕੈਤੀ ਦਾ ਵੀ ਕੀਤਾ ਹੋਇਆ ਵਾ, 2 'ਚ ਉਹਦੇ ਕੋਲ ਪੈਸਾ ਚਿੱਟੇ ਦਾ ਬਿਜ਼ਨਸ ਉਹਦਾ ਸ਼ਰਿਆਮ ਵਾ, ਉਹ ਸਪਲਾਈ ਕਰਦਾ ਵਾ। ਅਸਲੀਆਂ ਦੇ ਪਰਚੇ ਵੀ ਪਏ ਹੋਏ ਆ, ਬਹੁਤ ਪਰਚੇ ਉੱਥੇ, 26-27 ਪਰਚੇ ਆ, ਪਰ ਉਹ ਕਹਿੰਦਾ ਜੀ ਮੇਰੇ 'ਤੇ ਪਰਚੇ ਜਿੰਨੇ ਮਰਜ਼ੀ ਪਈ ਜਾਣ, ਮੈਨੂੰ ਕੋਈ ਡਰ ਨਹੀਂ ਹੈਗਾ ਕਿਸੇ ਦਾ ਵੀ, ਅਤੇ ਮੇਰੇ ਬੱਚਿਆਂ ਨੂੰ ਅਤੇ ਸਾਨੂੰ ਡਰ ਵਾ ਵੀ ਕਿਤੇ ਵੀ ਸਾਡੇ ਨਾਲ ਮਾੜੀ ਹਰਕਤ ਕਰ ਸਕਦਾ। ਅਸੀਂ ਕੀਤੀ ਹੈ ਜੀ, SHO ਸਾਹਿਬ ਨੂੰ ਵੀ ਕੀਤੀ, ਡਿਪਟੀ ਸਾਹਿਬ ਨੂੰ ਵੀ ਕੀਤੀ ਹੈ ਜੀ। ਸਾਡੀ ਮੰਗ ਇਹੀ ਹੈ ਸਾਨੂੰ ਇਨਸਾਫ ਦਿੱਤਾ ਜਾਵੇ, ਇਹ ਹੰਸ ਜਿਹੜੇ ਸ਼ਰਾਰਤੀ ਹੰਸਰ ਇਹਨਾਂ ਤੋਂ ਬਚਾਇਆ ਜਾਵੇ ਸਾਨੂੰ। ਮੇਰੇ ਨਾਲ ਪਾਸ਼ੋ ਆ ਅਤੇ ਵੀਜਾ ਮੇਰਾ ਮੁੰਡਾ ਗਾ, ਅਤੇ ਮੈਂ ਨਾਲ ਗਈ ਹਾਂ ਤਰੀਕ 'ਤੇ ਜਮਾਨਤ ਕਰਾਉਣ ਦੀ, ਅਤੇ ਉੱਥੇ ਜੇ ਕੋਈ ਲੜਾਈ ਝਗੜਾ ਹੋਇਆ ਹੋਵੇ ਜਾਂ ਗੱਲ ਹੋਈ ਉਹ ਤਾਂ ਉੱਥੇ ਹੈਗੀ ਪੁਲਿਸ ਮੌਜੂਦਾ ਗਾ, ਵੀ ਤੁਸੀਂ ਉਹਨੂੰ ਪੁੱਛ ਸਕਦੇ ਹਾਂ ਪੁਲਿਸ ਨੂੰ ਵੀ ਜੇ ਵੀਜਾ 'ਚ ਲੜਿਆ ਜਾਂ ਬੋਲਿਆ ਗਾ, ਤੁਸੀਂ ਉਹਨੂੰ ਪੁੱਛ ਸਕਦੇ ਹਾਂ। ਅਤੇ ਮੈਂ ਆਹ ਮਾੜੀ ਮੋਟੀ ਸਾਡੀ ਜਗ੍ਹਾ ਜੀ ਵੀ ਨਾ ਦੇਖ, ਸਾਡੇ ਕੱਚੇ ਮਕਾਨ ਆ, ਚੁੱਲ੍ਹਿਆਂ 'ਤੇ ਅਸੀਂ ਰੋਟੀਆਂ ਬਣਾਈ ਦੀਆਂ ਗਾ, ਅਤੇ ਕੈਮਰੇ ਇਸ ਮੈਂ ਦੁਖੀ ਦੇ ਖੋ ਕੇ, ਅਤੇ ਮੈਂ ਕੈਮਰੇ ਆਪਣੇ ਘਰ ਲਵਾਏ ਹੋਏ ਆ। ਮੇਰੇ ਮੁੰਡੇ ਨੂੰ ਬਹੁਤ ਕਰਦੇ, ਦੁਖੀ ਕਰਦੇ, ਪਰੇਸ਼ਾਨ ਕਰਦੇ ਆ ਇਹ ਸਾਰੇ। ਹਾਂ ਮੈਂ ਮੌਜੂਦ ਸੀ ਉੱਥੇ, ਮੌਜੂਦ ਸੀ ਮੈਂ ਉੱਥੇ, ਪੁਲਿਸ ਦੇ ਬੰਦੇ ਸਾਰੇ ਖੜੇ ਸੀ ਉੱਥੇ, ਮੂਹਰੇ ਵੀ ਖੜੇ ਸੀ ਗੇਟ ਉਹਦੇ ਅੱਗੇ ਜੱਜ ਦੇ ਅੱਗੇ, ਅਤੇ ਉਰੇ ਵੀ ਖੜੇ ਸੀ ਆ, ਅਤੇ ਬਾਹਰ ਵੀ ਖੜੇ ਸੀ ਆ। ਜੇ ਕੋਈ ਲੜਾਈ ਝਗੜਾ ਹੁੰਦਾ ਤੇ ਵੀਜੇ ਨੂੰ ਸਾਡੇ ਬਿੱਲ ਜਾਏ ਸਾਡੇ ਨਾਲ ਜਾਮ ਲਾਉਂਦਾ।
ਨਾ ਜੀ ਕੋਈ ਦੇਖ ਲਓ ਮੈਂ ਸਾਡੇ ਕੈਮਰੇ ਲੱਗੇ ਹੋਏ ਆ ਕੋਈ ਨਸ਼ੇ ਦਾ ਕਾਰੋਬਾਰ ਸਾਡੇ ਕੋਈ ਦੇਖ ਲਓ ਇਹ ਦੁਖੀ ਦੇ ਕਰਕੇ ਮੈਂ ਕੈਮਰੇ ਲਵਾਏ ਆ ਅਸੀਂ ਰੋਟੀਆਂ ਚੁੰਦੇ ਤਾਂ ਲਾਉਂਦੇ ਸਾਡਾ ਘਰ ਬਾਰ ਦੇਖ ਲਓ ਆਹ ਘਰ ਬਾਰ ਆ ਸਾਡੇ ਆ ਜਿਹੜਾ ਅਸੀਂ ਕੰਮ ਕਰਦੇ ਹਾਂ ਪੁਲਿਸ ਵਾਲਿਆਂ ਨੂੰ ਸਾਰਾ ਪਤਾ ਗਾ ਵੀ ਅਸੀਂ ਕੋਈ ਕੰਮ ਨਹੀਂ ਕਰਦੇ ਕੁਛ ਨਹੀਂ ਕਰਦੇ ਮੇਰਾ ਮੁੰਡਾ ਦਰਿਆ ਤੇ ਜਾਂਦਾ ਗਾ ਸਿੱਕਾ ਕੱਢਦਾ ਗਾ ਲਾਛਾ ਕੱਢਦਾ ਗਾ ਗੋਤਾਖੋਰ ਨੀ ਮੁੰਡਾ ਮੇਰਾ ਗਾ ਗੋਤਾਖੋਰ ਮੇਰਾ ਮੁੰਡਾ ਗਾ ਤੇ ਬਾਕੀ ਅਸੀਂ ਰੋਟੀ ਪਾਣੀ ਇੱਥੇ ਚੁੰਨੇ ਤੇ ਬਣਾਈ ਦੀ ਆ ਹਾਂਜੀ ਮੈਂ ਵੀ ਦਰਖਾਸਤ ਦੇ ਕੇ ਆਈ ਥਾਣੇ ਤੇ ਮੈਂ ਅਰਜੀਤ ਜੀ ਸਾਰੇ ਟੱਬਰ ਤੇ ਦੇਖੇ ਦਰਖਾਸਤ ਉਹਨਾਂ ਦੇ ਉਹਦੇ ਮੁੰਡੇ ਕਾਰਨ ਆਹੀ ਵਾਰ ਲੜਾਈ ਝਗੜੇ ਦਾ ਇਹ ਜਾ ਕੇ ਉੱਥੇ ਥਾਣੇ 'ਚ ਖੜੇ ਸੀ ਦਰਖਾਸਤ ਦੇ ਸੀ ਉੱਥੇ ਤੇ ਅਸੀਂ ਗਈਆਂ ਤੇ ਸਾਨੂੰ ਇਹ ਉੱਠ ਕੇ ਪੈ ਗਿਆ ਅਰਜੀਤ ਐਮ ਸੀ ਡਾਵਰ ਵੀ ਸਾਨੂੰ ਪੈ ਗਿਆ ਤੇ ਫਿਰ ਉਸ ਤੋਂ ਬਾਅਦ ਮੈਂ ਦਰਖਾਸਤ ਦੇਣ ਚਲੀ ਗਈ ਉੱਥੋਂ ਲਿਖਾ ਕੇ ਦਰਖਾਸਤ ਦੇ ਦਿੱਤੀ ਮੈਂ ਮੁਲਾਜ਼ਮ ਕਿੰਨੇ ਖੜੇ ਹੋ ਤੇ ਜੇ ਕੋਰਟ ਚ ਲੜਾਈ ਹੁੰਦੀ ਮੁਲਾਜ਼ਮ ਦਾ ਫੜ ਹੀ ਲੈਂਦੇ ਜੀ ਠੀਕ ਆ ਇਹ ਮੇਰੇ ਤੇ ਝੂਠਾ ਐਲੀਗੇਸ਼ਨ ਲਾਉਂਦੇ ਮੇਰੇ ਤੇ ਝੂਠਾ ਮੈਂ ਤੇ ਇਲਜ਼ਾਮ ਲਾਉਂਦੇ ਆ ਮੈਂ ਆਪਣੀ ਜ਼ਮਾਨਤ ਭਰਾਉਣ ਗਿਆ ਸੀ ਠੀਕ ਆ ਜੀ ਮੈਂ ਆਪਣੀ ਮੰਮੀ ਨਾਲ ਲੈ ਗਿਆ ਸੀ ਆਪਣੀ ਜ਼ਮਾਨਤ ਭਰਾ ਕੇ ਮੈਂ ਉਸ ਟਾਈਮ ਹੀ ਨਾਲ ਹੀ ਆ ਗਿਆ ਪੁਲਿਸ ਤਾਂ ਸਾਰੀ ਖੜੀ ਹੋਈ ਸੀ ਉੱਥੇ ਇਹ ਵੀ ਨਹੀਂ ਮੈਂ ਕੋਈ ਲੜਾਈ ਝਗੜਾ ਕੋਈ ਤੁਰ ਨੱਠ ਕੇ ਆਇਆ ਪੁਲਿਸ ਦੇ ਸਾਹਮਣੇ ਸਭ ਤੁਰ ਕੇ ਆਇਆ ਮੈਂ ਹਾਂਜੀ ਉਹਨਾਂ ਦੇ ਉਹਨਾਂ ਦੇ ਬੇਟਾ ਸੀ ਉਹ ਚਾਰ ਪੰਜ ਮੁੰਡੇ ਉਹ ਪੜ੍ਹਾਈ ਰੱਖੇ ਹੋਏ ਸੀ ਉਹਨੇ ਸੀ ਬਕਾਇਦਾ ਉਹ ਚਾਰ ਪੰਜ ਮੁੰਡੇ ਆਪਣੇ ਨਾਲ ਲੈ ਕੇ ਆਇਆ ਸੀ ਜੀ ਉੱਥੇ ਠੀਕ ਹੈ ਜੀ ਤੇ ਜਦੋਂ ਰਣਜੀਤ ਐਮ ਸੀ ਹੁਣੀ ਆਏ ਉਹਨਾਂ ਨੇ ਬਕਾਇਦਾ ਚਾਰ ਪੰਜ ਮੁੰਡੇ ਬਾਹਰ ਖੜੇ ਕੀਤੇ ਹੋਏ ਸੀ ਜੋ ਲਾਡੀ ਗੋਲੂ ਹੋਣੀ ਸੀ ਜੋ ਖੰਡੇ ਕਿਰਪਾਨਾਂ ਨਾਲ ਖੜੇ ਕੀਤੇ ਸੀ ਉਹਨਾਂ ਨੇ ਤੇ ਉਲਟਾ ਆਪ ਮੁੰਡੇ ਲੈ ਕੇ ਆਏ ਸੀ ਇਹ ਹੋਈ ਕੁਛ ਵੀ ਨਹੀਂ ਸਿਰਫ ਸਰ ਮੇਰੀ ਭੈਣ ਜਿਹੜੀ ਰੇਟ ਲਵਾਈ ਹੋਈ ਸੀ ਜਿਹੜੀ ਇਹਨਾਂ ਤੇ ਜਿਹੜੀ ਮੇਰੀ ਭੈਣ ਦੀ ਦਰਖਾਸਤ ਆ ਉੱਪਰ ਮਾਰਕਰ ਹੋ ਕੇ ਆਈ ਸੀ ਜੋ ਇਹਨਾਂ ਨੂੰ ਪਤਾ ਲੱਗਿਆ ਵੀ ਜਿਹੜੀ ਇਹਨਾਂ ਨੇ ਦਰਖਾਸਤ ਦਿੱਤੀ ਸੀ ਤੇ ਇਹਨਾਂ ਦੀ ਮਾਰਕਰ ਹੋ ਗਈ ਇਹਨਾਂ ਦੇ ਘਰ ਦੇ ਬਾਹਰ ਨਿਕਲ ਕੇ ਗਾਲਾਂ ਕੱਢਣ ਲੱਗ ਗਏ ਉਧਰੋਂ ਗਾਲਾਂ ਕੱਢਣ ਲੱਗਿਆ ਨਾ ਇਹਨਾਂ ਦਾ ਮੁੰਡਾ ਜੀ ਠੀਕ ਹੈ ਜੀ ਮੈਂ ਕਿਹਾ ਕਦ ਬੋਲਦਾ ਪਿਆ ਤੇ ਮੇਰੀ ਮੰਮੀ ਕਹਿੰਦੀ ਕੁਛ ਨਹੀਂ ਮੈਂ ਅੱਧੀ ਬਾਹਰ ਆ ਗਿਆ ਜੀ ਬਾਹਰ ਆ ਕੇ ਤੇ ਨਾਲ ਮੈਂ ਆਪਣੀ ਮੰਮੀ ਕੋਲ ਚਾਬੀ ਫੜੀ ਗੱਡੀ ਦੀ ਮੈਂ ਆਪਣੇ ਮੁੰਡੇ ਲੈ ਕੇ ਆ ਗਿਆ ਜੀ ਉਹ ਤਾਂ ਪਿੱਛੇ ਮਤਲਬ ਇੱਦਾਂ ਭਾਈ ਕੀ ਝੂਠੇ ਇਲਜ਼ਾਮ ਲਾਏ ਕੀ ਨਹੀਂ ਲਾਏ ਕਹਿੰਦੇ ਵੀਜ਼ਾ ਲੜ ਕੇ ਗਿਆ ਵੀਜ਼ਾ ਲੜ ਕੇ ਆਇਆ ਉਹਨੇ ਤਾਂ ਪੁਲਿਸ ਨਾ ਮੈਂ ਫੜ ਲੈਂਦੀ ਜੀ ਉੱਥੇ ਜੀ ਤੁਹਾਡੇ ਤੇ ਇਲਜ਼ਾਮ ਹੋਰ ਲਾਏ ਉਹਨਾਂ ਨੇ ਵੀ ਇਹ ਨਸ਼ੇ ਦਾ ਕਾਰੋਬਾਰ ਕਰਦਾ ਨਸ਼ੇ ਦਾ ਕਰ ਮੈਂ ਕੈਮਰੇ ਲਵਾਏ ਜੀ ਸਾਰੇ ਭਾਈ ਕਹਿੰਦੇ ਨਸ਼ੇ ਦਾ ਕਾਰੋਬਾਰ ਕਰਦਾ ਮੈਂ ਕੈਮਰੇ ਲਵਾਏ ਹੋਏ ਆ ਹਰ ਟਾਈਮ ਮੈਂ ਕੈਮਰੇ ਮੂਹਰੇ ਲੈਂਦਾ ਗਾ ਠੀਕ ਹੈ ਜੀ ਤੁਸੀਂ ਦੇਖ ਸਕਦੇ ਕਿਹੜਾ ਗਾਹ ਕਰਦਾ ਕਿਹੜਾ ਜਾਂਦਾ ਗਾ ਤੁਸੀਂ ਕੈਮਰੇ ਚੈੱਕ ਕਰ ਸਕਦੇ ਆ ਮੈਂ ਪਹਿਲਾਂ ਵੀ ਇਹੀ ਕਿਹਾ ਸਰ ਮੈਂ ਤੁਸੀਂ ਮੇਰੇ ਕੈਮਰੇ ਚੈੱਕ ਕਰੋ ਮੇਰੇ ਤੇ ਝੂਠੇ ਦੇ ਐਲੀਗੇਸ਼ਨ ਲਗਾਉਂਦੇ ਆ ਮੇਰੇ ਤੇ ਝੂਠੇ ਪਰਚੇ ਪਾਉਂਦੇ ਆ ਪਹਿਲਾਂ ਵੀ ਇਹਨਾਂ ਨੇ ਇਹੀ ਐਲੀਗੇਸ਼ਨ ਲਗਾਏ ਸੀ ਮੈਂ ਵੀ ਇਹੀ ਪਹਿਲਾਂ ਕਿਹਾ ਗਾ ਮੇਰੇ ਤੇ ਝੂਠੇ ਇਲਜ਼ਾਮ ਲਾਉਂਦੇ ਆ ਤੇ ਝੂਠੇ ਐਲੀਗੇਸ਼ਨ ਲਾਉਂਦੇ ਮੇਰੇ ਕੈਮਰੇ ਚੈੱਕ ਕੀਤੇ ਜਾਵੇ ਠੀਕ ਹੈ ਮੇਰਾ ਫੋਨ ਚੈੱਕ ਕੀਤਾ ਜਾਵੇ ਤੇ ਕੋਈ ਵੀ ਇੱਦਾਂ ਦੀ ਕੋਈ ਗੱਲਬਾਤ ਨਿਕਲਦੀ ਤੁਸੀਂ ਬੇਸ਼ੱਕ ਮੇਰੇ ਤੇ ਪਰਚਾ ਪਾ ਸਕਦੇ ਆ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ